ਬਟਾਲਾ 'ਚ ਅੰਮ੍ਰਿਤਧਾਰੀ ਸਿੱਖ ਦੀ ਪੋਲੀਓ ਕਾਰਨ ਹੋਈ ਮੌਤ ਨੂੰ ਸਿਹਤ ਵਿਭਾਗ ਵੱਲੋਂ ਸ਼ਰਾਬ ਕਾਰਨ ਹੋਈ ਮੌਤ ਦੱਸਣ 'ਤੇ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਮਾਮਲੇ ਨਾਲ ਸੰਬੰਧਿਤ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਨੇ, ਉੱਥੇ ਸਿਹਤ ਮਹਿਕਮੇ ਦੇ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ 'ਤੇ ਲੰਮਾ ਜਾਮ ਲਾਈ ਰੱਖਿਆ। ਉੱਧਰ ਇਸ ਮਾਮਲੇ 'ਤੇ ਜਦੋਂ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਪਹੁੰਚੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਸ਼ਹਿਰ 'ਚ ਫੈਲੀ ਗੰਦਗੀ ਲਈ ਕਾਬਜ਼ ਕਾਂਗਰਸ ਅਤੇ ਭਾਜਪਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਕਾਂਗਰਸ ਆਪਣਾ ਸਮਰਥਨ ਵਾਪਸ ਲਵੇ। ਮਾਮਲਾ ਵਿਗੜਦਾ ਦੇਖ ਕੇ ਸੇਖੜੀ ਨੂੰ ਧਰਨੇ ਵਾਲੀ ਥਾਂ ਤੋਂ ਵਾਪਸ ਮੁੜਨਾ ਪਿਆ ਅਤੇ ਸੇਖੜੀ ਮੁਤਾਬਕ ਸੂਬਾ ਸਰਕਾਰ ਦੀ ਨਾਕਾਮੀ ਇਸ 'ਚ ਸਾਫ਼ ਝਲਕ ਰਹੀ ਹੈ। ਜਦਕਿ ਸਿਆਸਤ ਦੇ ਬਿਆਨਾਂ 'ਚ ਇੱਕ ਪਰਿਵਾਰ ਜ਼ਰੂਰ ਆਸ ਦੀ ਉਮੀਦ ਲਗਾਈ ਬੈਠਾ ਹੈ ਕਿ ਅੰਮ੍ਰਿਤਧਾਰੀ ਪਰਿਵਾਰ ਤੋਂ ਸ਼ਰਾਬ ਵਰਗਾ ਕਲੰਕ ਸਿਹਤ ਵਿਭਾਗ ਵੱਲੋਂ ਜੋ ਲਗਾਇਆ ਗਿਆ ਉਹ ਹਟਾਇਆ ਜਾਵੇ। ਅੱਜ ਜੋ MLA ਸਾਹਿਬ ਸੇਖੜੀ ਸਾਹਿਬ ਕਾਂਗਰਸ ਦੇ ਜਿਹੜੇ ਸਾਡੇ ਅੱਜ ਆਪ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਉਹ ਸਾਡੇ ਨਾਲ ਸ਼ਾਮਿਲ ਹੋਣ 'ਤੇ ਆਏ, ਲੇਕਿਨ ਉਹਨਾਂ ਦਾ ਆਪਣੇ ਭਾਈਵਾਲੀ BJP ਦੇ ਨਗਰ ਕੌਂਸਲ ਚਲਾਉਣ ਦੇ ਉੱਤੇ ਹੈਗੀ ਆ, ਉਹਨੂੰ ਉਹ ਬਿਲਕੁਲ ਹੀ ਨਕਾਰਦੇ ਪਏ ਨੇ। ਸਾਡੇ ਨਾਲ ਜਿਹੜੀਆਂ ਦੋ ਬੈੜੀਆਂ 'ਚ ਪੈਰ ਰੱਖ ਕੇ ਉਹ ਤੁਰਦੇ ਪਏ ਨੇ। ਇੱਕ ਸਾਲ ਹੋ ਗਿਆ ਇਹਨਾਂ ਦੀ ਭਾਈਵਾਲੀ ਦੇ ਨਾਲ BJP ਕਾਂਗਰਸ ਦੀ ਕਮੇਟੀ ਚੱਲਦੀ ਹੋਈ, ਅੱਜ ਤੱਕ 1 ਰੁਪਏ ਦਾ ਇਹਨਾਂ ਨੇ ਕਿਸੇ ਵੀ ਬਟਾਲੇ ਦੇ ਵਿੱਚ ਕਿਸੇ ਵਾਰਡ ਦੇ ਵਿੱਚ ਕੋਈ ਕੰਮ ਨਹੀਂ ਕੀਤਾ। ਜਦ ਦੇ ਸੇਖੜੀ ਸਾਹਿਬ ਨੂੰ ਚਾਹੀਦਾ ਸੀਗਾ, ਅੱਜ ਵੀ ਆਹ ਗੱਲ ਕਰਦੇ ਆ ਕਿ ਵਿਕਾਸ ਨੂੰ ਆਪਾਂ ਕਿੰਨਾ ਦਿੱਤੀ ਆ ਸਮਰਥਨ ਦਿੱਤਾ, ਅਤੇ ਵਿਕਾਸ 1 ਰੁਪਏ ਦਾ ਕਿਤੇ ਵਿਖਾ ਦੇਣ ਕਿ ਆਪਾਂ ਮੰਨਦੇ ਹਾਂ ਕਿ ਤੁਸੀਂ ਵਿਕਾਸ ਨੂੰ ਕੀਤਾ, ਵਿਕਾਸ 1 ਰੁਪਏ ਦਾ ਨਹੀਂ ਹੋਇਆ। ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਵਾਂ, ਕੋਈ ਵੀ ਐਕਸ਼ਨ ਲੈਣ ਤੋਂ ਪਹਿਲੇ, ਕਿ ਇਹ ਇਕੱਲੇ ਮੇਰੇ ਪਾਪਾ ਦੀ ਨਹੀਂ ਗੱਲ, ਇਹ ਸਾਰੀ ਸਿੱਖ ਕੌਮ ਲਈ ਇੱਕ ਬੜੀ ਸ਼ਰਮਨਾਕ ਗੱਲ ਆ। ਇਹ ਸਾਰੀ ਸਿੱਖ ਕੌਮ ਨੂੰ ਆਵਾਜ਼ ਉਠਾਉਣੀ ਚਾਹੀਦੀ। ਇੱਕ ਅੰਮ੍ਰਿਤਧਾਰੀ, ਪੂਰੇ ਅੰਮ੍ਰਿਤਧਾਰੀ ਪਰਿਵਾਰ 'ਤੇ ਕਲੰਕ ਲਾਇਆ ਗਿਆ ਕਿ ਉਸਦੀ ਸ਼ਰਾਬ ਪੀਣ ਨਾਲ ਮੌਤ ਹੋਈ। ਬਲਕਿ ਭਾਅ ਜੀ ਹੁਣਾਂ ਦੱਸਿਆ, ਸਾਡੇ MC ਸਾਹਿਬ ਨੇ ਦੱਸਿਆ ਕਿ ਉਹ ਸ਼ਰਾਬ ਦੇ ਹੱਥ ਵੀ ਨਹੀਂ ਸੀ ਉਹਨੂੰ ਲਾਉਂਦੇ, ਕੋਲ ਵੀ ਨਹੀਂ ਸੀ ਜਾਂਦੇ। ਇਹ ਸਿਵਲ ਸਰਜਨ ਵਾਲਿਆਂ ਨੇ ਆਪਣੀਆਂ ਕਰਤੂਤਾਂ ਬਚਾਉਣ ਦੇ ਕਾਰਨ, ਕਮੇਟੀ ਵਾਲਿਆਂ ਨੇ ਆਪਣੀਆਂ ਕਰਤੂਤਾਂ ਛਪਾਉਣ ਦੇ ਕਾਰਨ ਮੇਰੇ ਪਾਪਾ 'ਤੇ ਇਲਜ਼ਾਮ ਲਾਇਆ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇ ਸਿੱਖ ਕੌਮ ਜਿੰਦਾ ਹੈ, ਜੇ ਸਿੱਖ ਕੌਮ 'ਚ ਕੋਈ ਅਣਖ ਹੈ, ਤਾਂ ਸਾਰੀ ਸਿੱਖ ਕੌਮ ਇਕੱਠੇ ਹੋ ਕੇ ਇਸ ਅੰਮ੍ਰਿਤਧਾਰੀ ਸਿੰਘ ਨੂੰ, ਇਸ ਅੰਮ੍ਰਿਤਧਾਰੀ ਪਰਿਵਾਰ ਨੂੰ ਇਨਸਾਫ ਦਵਾਵੇ। ਸਿਵਲ ਸਰਜਨ ਸਾਹਿਬ ਨੇ ਜਿਹੜਾ ਪ੍ਰੈਸ ਨੋਟ ਦਿੱਤਾ ਹੈਗਾ, ਉਹ ਇੱਕ ਨਿੱਜੀ ਹਸਪਤਾਲ ਦੀ ਰਿਪੋਰਟ ਦੇ ਬੇਸਿਸ 'ਤੇ ਦਿੱਤਾ ਹੈਗਾ। ਉਹ ਜਿਹੜੀ ਨਿੱਜੀ ਹਸਪਤਾਲ ਦੀ ਰਿਪੋਰਟ ਹੈਗੀ, ਉਹਨਾਂ ਨੇ ਮੈਨੂੰ ਵੀ ਭੇਜੀ ਸੀ, ਮੈਂ ਵੀ ਉਹਨੂੰ ਦੇਖਿਆ ਹੈਗਾ, ਤਾਂ ਉਹਦੇ ਵਿੱਚ ਕਲੀਅਰਲੀ ਲਿਖਿਆ ਹੈਗਾ ਕਿ ਜਿਹੜੇ ਸਿਮਟਮ ਸੀਗੇ, ਦੈਟ ਵਾਸ ਐਲਕੋਹਲਿਕ ਲਿਵਰ ਡਿਜ਼ੀਜ਼ ਵਿਦ ਡਾਇਬਟੀਜ਼ ਮੈਲਿਟਸ। ਅਤੇ ਫਿਰ ਵੀ ਮੈਂ ਸਿਵਲ ਸਰਜਨ ਸਾਹਿਬ ਨੂੰ ਸਿਵਲ ਸਰਜਨ ਸਾਹਿਬ ਅਤੇ SMO ਸਾਹਿਬ ਨੂੰ ਹਦਾਇਤ ਕੀਤੀ ਹੈਗੀ ਹੈ ਕਿ ਜਿਹੜੀ ਉਹ ਪੇਸ਼ੈਂਟ ਦੇ ਨਾਲ ਰਿਲੇਟਡ ਜਿਹੜੀ ਫਾਈਲ ਹੈਗੀ ਆ ਉਹਨੂੰ ਮੰਗਾ ਕੇ ਚੰਗੀ ਤਰ੍ਹਾਂ ਸਟੱਡੀ ਕੀਤਾ ਜਾਵੇ, ਤਾਂ ਜੋ ਇਹਦੀ ਪੂਰੀ ਜਿਹੜੀ ਹੈਗੀ ਜਾਣਕਾਰੀ ਆਪਾਂ ਨੂੰ ਮਿਲ ਸਕੇ। ਤਾਂ ਜਿਹੜੇ ਵੀ ਉਹਦੇ ਵਿੱਚ ਰਿਪੋਰਟ ਵਿੱਚ ਪਾਇਆ ਜਾਂਦਾ ਹੈਗਾ, ਤਾਂ ਕਿ ਉਸ ਹਿਸਾਬ ਨਾਲ ਫਿਰ ਜਿਹੜਾ ਹੈਗਾ ਐਕਟ ਕੀਤਾ। ਇੱਕ ਗੁਰਸਿੱਖ ਬੰਦੇ ਦੇ ਬਾਰੇ ਸਰਕਾਰ ਦੇ ਕੁਝ ਅਫਸਰਾਂ ਵੱਲੋਂ ਕਿਹਾ ਗਿਆ ਕਿ ਉਹ ਸ਼ਰਾਬ ਦੇ ਕਾਰਨ ਡੈਥ ਹੋਈ ਹੈ। ਇਹ ਬੜੀ ਨਿਖੇਧੀ ਦੀ ਗੱਲ ਹੈ ਕਿ ਇੱਕ ਗੁਰਸਿੱਖ ਪਰਿਵਾਰ ਜਿਹੜੇ ਸਾਡੀਆਂ ਬੀਬੀਆਂ ਵੀ ਜਿਹੜੀਆਂ ਵਾ ਉਹ ਗੁਰਸਿੱਖ ਉਹਨਾਂ ਨੇ ਅੰਮ੍ਰਿਤ ਛਕਿਆ ਦਾ, ਔਰ ਉਹਨਾਂ ਨੂੰ ਇਹੋ ਜਿਹੀ ਗੱਲ ਕਹਿਣਾ ਬੜੀ ਮਾੜੀ ਗੱਲ ਹੈ।